ਸਿਮ ਭਗਵੰਤ ਸਿੰਘ ਮਾਨ ਅਤੇ ਸੁਖਵੀਰ ਸਿੰਘ ਬਾਦਲ ਦੇ ਵਿਚਕਾਰ ਟਵਿੱਟਰ ਦੇ ਉੱਪਰ ਇੱਕ ਜੰਗ ਛੇੜੀ ਹੋਈ ਹੈ ਦੋਨਾਂ ਦੇ ਵਿਚਕਾਰ ਇੱਕ ਤਕਰਾਰ ਚੱਲ ਰਹੀ ਹੈਗੀ ਕਾਫੀ ਸਮੇਂ ਤੋਂ ਤਕਰਾਰ ਚੱਲ ਰਹੀ ਹੈਗੀ ਅਤੇ ਇੱਕ ਦੂਜੇ ਦੇ ਉੱਪਰ ਪਲਟਵਾਰ ਜਿਹੜੇ ਨੇ ਕੀਤੇ ਜਾ ਰਹੇ ਨੇ ਤਾਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਦੀ ਫੋਟੋ ਜਿਹੜੀ ਸ਼ੇਅਰ ਕੀਤੀ ਗਈ ਹੈਗੀ ਇੱਕ ਫੋਟੋ ਸ਼ੇਅਰ ਕੀਤੀ ਗਈ ਹੈਗੀ ਨਿੱਜੀ ਫੋਟੋ ਸ਼ੇਅਰ ਕੀਤੀ ਗਈ ਆ ਘਰ ਦੀ ਤਾਂ ਉਸ ਦੇ ਵਿੱਚ ਲਿਖਿਆ ਉਹਨਾਂ ਨੇ ਕਿ ਆਹ ਜਨਾਬ ਅੱਜ ਕੱਲ੍ਹ ਸਿੱਖ ਮਸਲਾਂ ਦੇ ਮੁੱਦੇ ਹੀ ਬਣੇ ਹੋਏ ਨੇ ਨਈਓ ਲੱਬਣੇ ਲਾਲ ਗਵਾਚੋ ਮਿੱਟੀ ਨਾਲ ਫਰੋਲ ਜੋਗੀ ਆ ਤਾਂ ਇਹ ਟਵੀਟ ਪਹਿਲਾਂ ਕੀਤਾ ਗਿਆ ਸੀਗਾ ਭਗਵੰਤ ਮਾਨ ਦੇ ਵੱਲੋਂ ਮੁੱਖ ਮੰਤਰੀ ਦੇ ਵੱਲੋਂ ਟਵੀਟ ਕੀਤਾ ਗਿਆਗਾ ਅਤੇ ਸਿੱਧਾ ਸੁਖਬੀਰ ਸਿੰਘ ਬਾਦਲ ਦੇ ਉੱਪਰ ਨਿੱਜੀ ਹਮਲਾ ਕੀਤਾ ਜਾਂਦਾਗਾ ਤਾਂ ਇਸ ਦੇ ਵਿੱਚ ਉਹਨਾਂ ਟਵੀਟ ਦੇ ਵਿੱਚ ਫੋਟੋ ਸ਼ੇਅਰ ਕਰਦਿਆਂ ਹੋਇਆ ਲਿਖਿਆਗਾ ਕਿ ਆਹ ਜਨਾਬ ਅੱਜਕੱਲ੍ਹ ਸਿੱਖ ਮਸਲੇ ਤੇ ਮਦਈ ਬਣੇ ਹੋਏ ਨੇ ਨਹੀਂ ਉਹ ਲੱਭਣੇ ਲਾਲ ਗਵਾਚੋ ਮਿੱਟੀ ਨਾਲ ਫਰੋਲ ਜੋਗੀ ਆ ਤਾਂ ਇਹ ਟਵੀਟ ਕੀਤਾ ਗਿਆ ਜਿਸ ਤੋਂ ਬਾਅਦ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਟਵੀਟ ਦਾ ਜਵਾਬ ਵੀਡੀਓ ਦੇ ਨਾਲ ਦਿੱਤਾ ਗਿਆਗਾ ਤਾਂ ਇਸ ਇੱਕ ਵਾਰ ਫਿਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਦੇ ਵੱਲੋਂ ਨਿੱਜੀ ਹਮਲਾ ਕੀਤਾ ਜਾਂਦਾਗਾ ਤਾਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਇੱਕ ਨਿੱਜੀ ਹਮਲਾ ਕੀਤਾ ਜਾਂਦਾ ਤਾਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪੁਰਾਣੀ ਵੀਡੀਓ ਜਿਹੜੀ ਇੱਕ ਸ਼ੇਅਰ ਕੀਤੀ ਜਾਂਦੀ ਕਿ ਅਤੇ ਲਿਖਿਆ ਜਾਂਦਾਗਾ ਕਿ ਅੱਜਕੱਲ ਸਟੇਟ ਇਹਨਾਂ ਦੇ ਹੱਥ 'ਚ ਹੈ ਸਟੇਟ ਤੇ ਸਟੇਜ ਦਾ ਬਹੁਤ ਫਰਕ ਹੁੰਦਾ ਹੈ ਡਰਾਈਵਰ ਹੋਵੇ ਸ਼ਰਾਬੀ दारूबाज ਤਾਂ ਸਵਾਰੀ ਆਪਣੇ ਜਾਨ ਅਤੇ ਸਮਾਨ ਦੀ ਆਪ ਜ਼ਿੰਮੇਵਾਰ ਤਾਂ ਇਹ ਟਵੀਟ ਕੀਤਾ ਕਰਕੇ ਨਿੱਜੀ ਹਮਲਾ ਕੀਤਾ ਜਾਂਦਾ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਤਾਂ ਪਲਟਵਾਰ ਦੋਨਾਂ ਵਿਚਕਾਰ ਜਾਰੀ ਨੇ ਪਹਿਲਾਂ ਇਧਰੋਂ ਟਵੀਟ ਫੋਟੋ ਸ਼ੇਅਰ ਹੁੰਦੀ ਤਾਂ ਫਿਰ ਦੂਸਰੇ ਪਾਸੋਂ ਵੀਡੀਓ ਸ਼ੇਅਰ ਹੁੰਦੀ ਹੈ ਤਾਂ ਮੁੱਖ ਮੰਤਰੀ ਦੇ ਵੱਲੋਂ ਪਹਿਲਾਂ ਫੋਟੋ ਸ਼ੇਅਰ ਕਰਕੇ ਲਿਖਿਆ ਜਾਂਦਾ ਹੈਗਾ ਕਿ ਆਹ ਜਨਾਬ ਅੱਜਕੱਲ੍ਹ ਸਿੱਖ ਮਸਲੇ ਦੇ ਮੁੱਦੇ ਹੀ ਬਣੇ ਹੋਏ ਨੇ ਤਾਂ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਭਗਵੰਤ ਮਾਨ ਦੀ ਇੱਕ ਪੁਰਾਣੀ ਵੀਡੀਓ ਸ਼ੇਅਰ ਕੀਤੀ ਜਾਂਦੇ ਤੇ ਲਿਖਿਆ ਜਾਂਦਾ ਕਿ ਅੱਜ ਕੱਲ ਸਟੇਟ ਇਹਨਾਂ ਦੇ ਹੱਥ ਚ ਹੈ ਸਟੇਟ ਅਤੇ ਸਟ੍ਰੀਟ ਦੇ ਵਿੱਚ ਬਹੁਤ ਫਰਕ ਹੁੰਦਾ ਡਰਾਈਵਰ ਹੋਵੇ ਸ਼ਰਾਬੀ दारूबाज ਤਾਂ ਸਵਾਰੀ ਆਪਣੀ ਜਾਨ ਅਤੇ ਸਮਾਨ ਦੀ ਆਪ ਜ਼ਿੰਮੇਵਾਰ ਤਾਂ ਇਹ ਟਵੀਟ ਫਿਰ ਕੀਤਾ ਜਾਂਦਾਗਾ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਤਾਂ ਦੋਨਾਂ ਵਿੱਚਕਾਰ ਟਵੀਟ ਦੇ ਉੱਪਰ ਇੱਕ ਜੰਗ ਛਿੜੀ ਹੋਈ ਹੈ ਦੋਨੇ ਇੱਕ ਦੂਜੀ ਉੱਪਰ ਪਲਟਵਾਰ ਕਰਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਫੋਟੋ ਸ਼ੇਅਰ ਕਰਕੇ ਨਿੱਜੀ ਹਮਲਾ ਕੀਤਾ ਜਾਂਦਾ ਤਾਂ ਦੂਜੇ ਪਾਸੇ ਜਵਾਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਮੁੱਖ ਮੰਤਰੀ ਦੀ ਇੱਕ ਪੁਰਾਣੀ ਵੀਡੀਓ ਸ਼ੇਅਰ ਕਰਕੇ ਸ਼ਬਦੀ ਰੂਪ ਦੇ ਵਿੱਚ ਹਮਲੇ ਕੀਤੇ ਜਾਂਦੇ ਨੇ